ਸਬਜ਼ੀ ਮੰਡੀ ਜਾ ਰਹੇ ਪਤੀ ਪਤਨੀ ਨਾਲ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਹਾਈਵੇ ਤੇ ਇੱਕ ਟਿੱਪਰ ਨੇ ਉਹਨਾਂ ਨੂੰ ਦਰੜ ਦਿੱਤਾ। ਬਾਈਕ ਤੇ ਸਵਾਰ ਹੋ ਕੇ ਇਹ ਪਤੀ ਪਤਨੀ ਸਬਜ਼ੀ ਮੰਡੀ ਸਬਜ਼ੀ ਲੈਣ ਜਾ ਰਹੇ ਸੀ, ਪਰ ਟਿੱਪਰ ਨੇ ਇਹਨਾਂ ਨੂੰ ਦਰੜ ਦਿੱਤਾ, ਜਿਸ ਕਾਰਨ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਪਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਰੋਸ ਦੇ ਵਿੱਚ ਆ ਕੇ ਹਾਈਵੇ ਜਾਮ ਕਰ ਦਿੱਤਾ, ਜਿਸ ਕਾਰਨ ਰਾਹਗੀਰਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਲੰਮਾ ਜਾਮ ਲੱਗਿਆ ਹੋਇਆ ਸੀ। ਹਾਲਾਂਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਵੀ ਹੁਣ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਇਹ ਦਰਦਨਾਕ ਹਾਦਸਾ ਜਲੰਧਰ ਪਠਾਨਕੋਟ ਹਾਈਵੇ ਤੇ ਵਾਪਰਿਆ, ਜਿੱਥੇ ਟਿੱਪਰ ਨੇ ਬਾਈਕ ਸਵਾਰ ਪਤੀ ਪਤਨੀ ਨੂੰ ਦਰੜ ਦਿੱਤਾ। ਪਤਨੀ ਦੀ ਪਹਿਚਾਣ ਅਮਨਦੀਪ ਕੌਰ ਦੇ ਰੂਪ ਵਜੋਂ ਹੋਈ ਹੈ, ਜਦੋਂ ਕਿ ਪਤੀ ਦੀ ਪਹਿਚਾਣ ਹਰਦੀਪ ਦੇ ਰੂਪ ਵਜੋਂ ਹੋਈ ਹੈ। ਇਹ ਦੋਵੇਂ ਬੱਲਾ ਪਿੰਡ ਦੇ ਰਹਿਣ ਵਾਲੇ ਸਨ। ਪਿੰਡ ਵਾਲਿਆਂ ਨੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਰੋਸ ਦੇ ਵਿੱਚ ਆ ਕੇ ਜਾਮ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਟਿੱਪਰ ਚਾਲਕ ਜਾਂ ਫਿਰ ਟਿੱਪਰ ਦੇ ਮਾਲਕ ਨੂੰ ਸਾਹਮਣੇ ਨਹੀਂ ਲਿਆਂਦਾ ਜਾਂਦਾ, ਉਸ ਸਮੇਂ ਤੱਕ ਹਾਈਵੇ ਬੰਦ ਹੀ ਰਹੇਗਾ। ਐਕਸੀਡੈਂਟ ਹੋਇਆ ਹੈਗਾ ਆ। ਅੱਛਾ ਜੀ। ਤੇ ਤੁਰੰਤ ਪਹੁੰਚੋ, ਮੈਂ ਤਾਂ ਗੁਰੂ ਮਹਾਰਾਜ ਦੀ ਬਰਸੀ ਆ ਸਵੇਰ ਨੂੰ ਜੀ, ਤੇ ਮੈਂ ਇੱਥੇ ਪਹੁੰਚਿਆ, ਦੇਖਿਆ ਵੀ ਬੰਦਾ ਬਹੁਤ ਹੀ ਮੰਦ ਭਾਗਾ। ਦੇਖੋ, ਚਲੋ ਕਿਸੇ ਨਾ ਕਿਸੇ ਦੀ ਦੁਸ਼ਮਣੀ ਤਾਂ ਹੁੰਦੀ ਨੀਗੀ, ਠੀਕ ਹੈ ਕਿ ਨਹੀਂ? ਜੋ ਵੀ ਹੁਣ ਹੋਣੀ ਹੈਗੀ ਜੀ, ਘਟਣਾ ਬਹੁਤ ਹੁਣ ਇੰਗਲੈਂਡ ਤੋਂ ਆਏ ਹੈਗੇ ਆ। ਬਾਬਾ ਜੀ, ਇੱਕ ਛੋਟਾ ਸਵਾਲ ਹੈ, ਲੋਕਾਂ ਜਿਹੜਾ ਪਰਿਵਾਰਿਕ ਮੈਂਬਰ ਦੇ ਉੱਤੇ ਬਹੁਤ ਦੁੱਖਾਂ ਦਾ ਜਿਹੜਾ ਪਹਾੜ ਹੈ ਡਿੱਗਿਆ, ਉਹਨਾਂ ਵੱਲੋਂ ਰੋਡ ਬੰਦ ਕਰ ਦਿੱਤਾ ਗਿਆ, ਉਹਨਾਂ ਦੀ ਜਿਹੜੀ ਮੰਗ ਹੈ ਕੀ ਹੈ? ਜਾਂ ਤਾਂ ਜਿਹੜਾ ਮਾਲਕ ਹੈ ਟਰੱਕ ਦਾ ਉਹਨੂੰ ਲਿਆਂਦਾ ਜਾਵੇ, ਜਾਂ ਜਿਹੜਾ ਡਰਾਈਵਰ ਹੈ ਉਹਨੂੰ ਪੇਸ਼ ਕੀਤਾ ਜਾਵੇ। ਹਾਂਜੀ, ਇਹਨਾਂ ਦੋਨਾਂ ਨੂੰ ਲਿਆਂਦਾ ਜਾਵੇ ਜੀ, ਦੋਨਾਂ ਨੂੰ ਲਿਆਂਦਾ ਜਾਵੇ, ਹੱਕਰਸੀ ਹੋਣੀ ਚਾਹੀਦੀ ਆ। ਉਹ ਤੇ ਜੋ ਤਾਂ ਹੁਣ ਪਰਮਾਤਮਾ ਦਾ ਭਾਣਾ ਹੋ ਗਿਆ ਹੋ ਗਿਆ ਜੀ, ਮੇਰੇ ਭਵਿੱਖ ਦੇ ਵਿੱਚ ਬੱਚੇ ਦੀ ਇਨ ਫਿਊਚਰ ਜਿਹੜੀ ਹੈਗੀ ਆ, ਦੱਸਿਆ ਜਾ ਰਿਹਾ ਇਹਨਾਂ ਦੇ ਛੋਟੇ ਛੋਟੇ ਬੱਚੇ ਵੀ ਇਹਨਾਂ ਦੇ, ਛੋਟੇ ਛੋਟੇ ਆ ਜੀ। ਇਹ ਮੁੰਡਾ ਜਿਹੜਾ ਹਰਦੀਪ ਸੀਗਾ, ਇਹ ਪੋਸਟ ਆਫਿਸ ਵਿੱਚ ਆਫਿਸਰ ਆ, ਹਰਦੀਪ ਹੈ ਜਿਹੜੇ ਜੈਂਸ ਦਾ ਜਿਹੜੇ ਦਾਖਲ ਨੇ, ਲੇਡੀਜ਼ ਦਾ ਕੀ ਨਾਮ ਸੀਗਾ, ਉਮਰ ਕਿੰਨੀ ਪਤਾ? ਨਹੀਂ, ਡੈਥ ਹੋਈ ਹੈ? ਲੜਕੀ ਦਾ ਨਾਮ ਅਮਨ ਹੈ। ਅਮਨਦੀਪ, ਕਿੰਨੇ ਕੁ ਬੱਚੇ ਬੱਚੇ ਵੀ ਸੀਗੇ ਉਹਨਾਂ ਦੇ? ਦੋ ਬੱਚੇ ਹੈ। ਪ੍ਰਸ਼ਾਸਨ ਦੱਸ ਨਹੀਂ ਰਹੇ ਹਲੇ ਤੱਕ ਮਾਲਕ ਕੌਣ ਆ, ਪਤਾ ਨਹੀਂ ਲੱਗਾ, ਘੰਟੇ ਡੇਢ ਘੰਟਾ ਹੋ ਗਿਆ। ਆਪਾਂ ਨੂੰ ਕੀ ਪਤਾ ਜੀ, ਮਾਲਕ ਪ੍ਰਸ਼ਾਸਨ ਜ਼ਿੰਮੇਵਾਰੀ ਜਿਹੜੀ ਆ, ਪ੍ਰਸ਼ਾਸਨ ਨੂੰ ਹਲੇ ਤੱਕ ਪਤਾ ਨਹੀਂ ਲੱਗਾ, ਨੰਬਰ ਵੀ ਟਰੱਕ ਉੱਤੇ ਲਿਖਿਆ ਹੋਇਆ ਕੋਈ ਉੱਥੇ ਸਾਈਡ ਦੇ ਵਿੱਚ।